ਹੈਲੋ एवरीवन ਵੈਲਕਮ ਟੂ ਸਟਡੀ ਸ਼ੋਰਕੱਟਸ ਹਰ ਸਟਡੀ ਬਿਕਮਸ ਈਜ਼ੀਓ ਸੋ ਅਪਾ ਲੈ ਕੇ ਆਏ ਆ ਫਿਰ ਤੋਂ ਤੁਹਾਡੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤਾ ਇੱਕ ਨਵਾਂ ਨੋਟਿਸ ਜੋ ਕਿ ਬਹੁਤ ਹੀ ਜ਼ਰੂਰੀ ਸੂਚਨਾ ਇਹਦੇ ਵਿੱਚ ਦਿੱਤੀ ਗਈ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਇਸ ਜ਼ਰੂਰੀ ਸੂਚਨਾ ਬਾਰੇ ਜੋ ਹੈ ਉਹ ਸਾਰੀ ਕਲੀਅਰ ਹੋ ਜੂਵੇ ਤਾਂ ਦੇਖਦੇ ਹਾਂ ਕਿ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤਾ ਇਹ ਲੈਟਰ ਪਹਿਲਾਂ ਮੈਂ ਦੱਸ ਦਵਾਂ ਕਿ ਲੈਟਰ ਜਿਹੜਾ ਦਸੰਬਰ ਚ ਹੋਣ ਵਾਲੀ ਪ੍ਰੀਖਿਆਵਾਂ ਬਾਰੇ ਉਸਦੇ ਨਾਲ ਰਿਲੇਟਿਡ ਹੈਗਾ ਤੇ ਇਸ ਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਹੈ ਉਹ ਆਪਾਂ ਪੜ ਵਿਦਿਆਰਥੀਆਂ ਪ੍ਰੀਖਿਆਵਾਂ ਲਈ ਸਮੇਂ ਸਿਰ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਨਹੀਂ ਭਰ ਸਕੇ ਸਨ ਇੱਕ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਦੇਣ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਵਾਈ ਗਈ ਸੀ ਸਾਰੇ ਕੋਰਸਾਂ ਦੇ ਅਖੀਰਲੇ ਸੈਮੈਸਟਰ ਸਾਲ ਦੀ ਪ੍ਰੀਖਿਆ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਮੌਕੇ ਤਹਿਤ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰੀ ਹੈ ਉਹਨਾਂ ਦੀਆਂ ਪ੍ਰੀਖਿਆਵਾਂ 8 ਦਸੰਬਰ 2020 ਤੋਂ ਕਰਵਾਉਣ ਲਈ ਦੇਸ਼ਿਤ ਜਾਰੀ ਕੀਤੀ ਗਈ ਸੀ ਦਸੰਬਰ 2020 ਨੂੰ ਭਾਰਤ ਤੋਂ ਬੰਦ ਦੇ ਸੱਦੇ ਦੇ ਮੱਦੇਨਜ਼ਰ ਇਸ ਦਿਨ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹਾਂਜੀ ਦੇਖੋ ਇੱਥੇ ਤੁਹਾਡੀਆਂ 8 ਦਸੰਬਰ ਨੂੰ ਜਿਹੜੀ ਪ੍ਰੀਖਿਆਵਾਂ ਹੋਣੀਆਂ ਸੀ ਉਹ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਯਾਨੀ ਕਿ ਪੋਸਟਪੋਨ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵਿਭਾਗ ਕਲਦਾਂ ਦੇ ਸਟਾਫ ਨੂੰ ਪੇਪਰ ਕੰਡਕਟ ਕਰਵਾਉਣ ਅਤੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਵਿੱਚ ਕੋਈ ਮੁਸ਼ਕਿਲ ਨਾ ਆਵੇ ਤਾਂ ਜਿਹੜੀ ਪੋਸਟਪੋਨ ਹੋਈ ਹੈ ਉਹ ਪ੍ਰੀਖਿਆ ਹੋਏਗੀ ਕਦੋਂ ਤਾਂ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਨਾ ਨੇ ਕਿ 8 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਹੁਣ 13 ਦਸੰਬਰ 2020 ਦਿਨ ਐਤਵਾਰ ਨੂੰ ਹੋਣਗੀਆਂ ਹਾਂਜੀ ਤੁਹਾਡੇ ਪੇਪਰ ਜਿਹੜਾ 8 ਦਸੰਬਰ 2020 ਨੂੰ ਹੋਣਾ ਸੀ ਉਹ ਪੇਪਰ 13 ਦਸੰਬਰ 2020 ਯਾਨੀ ਕਿ ਐਤਵਾਰ ਨੂੰ ਹੋਵੇਗਾ ਇਸ ਤੋਂ ਸੰਬੰਧੀ ਰਿਵਾਈਜ਼ਡ ਡੇਟਸ਼ੀਟ ਯੂਨੀਵਰਸਿਟੀ ਵੈੱਬਸਾਈਟ ਤੇ ਜਲਦੀ ਹੀ ਅਪਲੋਡ ਕਰ ਦਿੱਤੀਆਂ ਜਾਣਗੀਆਂ। ਬਾਕੀ ਦੀਆਂ ਸਾਰੀਆਂ ਪ੍ਰੀਖਿਆਵਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਤੋਂ ਜਾਰੀ ਡੇਟਸ਼ੀਟ ਅਨੁਸਾਰ ਹੋਣਗੀਆਂ। ਇਸ ਦੀ ਜਿਹੜੀ ਰਿਵਾਈਜ਼ਡ ਡੇਟਸ਼ੀਟ ਹੈਗੀ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਡੇਟਸ਼ੀਟ ਵਾਲੇ ਜਿੱਥੇ ਆਪਸ਼ਨ ਹੈਗਾ ਉਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। ਉੱਥੇ ਸਾਰੀਆਂ ਡਿਵਾਈਸਡ ਡੇਟਸ਼ੀਟਾਂ ਜਿਹੜੀਆਂ ਅਪਲੋਡ ਕਰ ਦਿੱਤੀਆਂ ਗਈਆਂ ਹਨ ਤੁਸੀਂ ਦੇਖ ਸਕਦੇ ਹੋ। ਉੱਥੇ ਤੇ ਇਹ ਪੇਪਰ ਜਿਹੜਾ 8 ਦਸੰਬਰ ਨੂੰ ਹੋਣ ਵਾਲਾ ਸੀਗਾ ਉਹ 8 ਦਸੰਬਰ ਨੂੰ ਨਾ ਹੋ ਕੇ ਹੁਣ 13 ਦਸੰਬਰ 2 ਪਰੀਖਿਆ ਮੰਤਰੀ ਰਿਲੇਟਡ ਜ਼ਰੂਰੀ ਸੂਚਨਾ ਜੇ ਤੁਹਾਨੂੰ ਇਹ ਵਧੀਆ ਲੱਗੀ ਹੋਵੇ ਪਲੀਜ਼ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੈਂਕ ਯੂ